हेलो, सत श्री अकाल जी। होर ठीक ठाक हो सारे? तो अज इस वीडियो दे विच अहीं करन वाले आ चैलेंज। चैलेंज ये आ कि यार पैरां भार बहना वा, तो वेखना यार मैं ते मेरा दोस्त आ, भरा आ, मित्र आ, तो वेखदे आ अहीं दोवें किन्ना चिर मतलब कि बह सकते हैं, है ना। मतलब लागे अहीं घड़ी रखांगे, तो घड़ी च नाले टाइम भी तुहानूं दिखदा रहूगा, नाले जिन्हां नूं पता वा कट लग जाणा वीडियो दे विच, तुहानूं पता लग जाणा जे कट वज्जा, तो कट नहीं मारना, मैं फास्ट कर दांगा कि तुहानूं पता ना लगे। मतलब जे मैं स्लो करती दे ना की तुहानूं 15 मिनट बह सकते, 20 मिनट, हुण 20 मिनट का तो व्लॉग बनाउणा नहीं, अद्धे घंटे का तो बनाउणा नहीं है। बाकी वेखदे आं अहीं दोवें किन्नी चिर बह सकते हैं, फास्ट कर दाँगा। तो मतलब कट नहीं, एक ही बारी मारांगा वीडियो दे विच, सिंपल वीडियो वा, तो चैलेंज वाली वीडियो होने वाली है। वेलकम बैक टू आर चैनल गाइस, आई होप तुसीं सारे घेंट हो। एंड बाकी पैरां भार बहन तो बाद फिर एक होर चैलेंज करांगे। दूसरा चैलेंज ये आ कि अहीं अखां खोल के रखनी इस तरह, तो वेखना कौन ज़्यादा देर तक खोल सकता। मतलब कि बड़ा फनी तो एंटरटेनमेंट वाला ब्लॉग होने वाला है। चलो वीडियो नूं करते हैं स्टार्ट, तो बइए पैरा भार ते वेने आ किहड़ा किन्नी चिर तक बह सकता वा। कैमरा टकाइए अपना। पैरां मतलब कि इतना करके ना, इतना टेढ़ा मेढ़ा हिलाउणा भी नहीं, शांति नाल बैठना है। किन्ना चिर अहीं बैठ सकते, गिनती 1 2 3 हो गई। ਥੱਕ ਜਾਣਾ, ਥੱਕ ਮੇਰੇ ਅੱਗੇ ਲੱਤਾਂ ਦੇ ਆਂ ਪੀੜ ਹੁਣ, ਬਾਕੀ ਵੇਖੋ ਕੀ ਬਣਦਾ ਹੈ। ਗਾਹ ਨੂੰ ਨਾ ਚੱਲ ਜੀ, ਵੇਖੀ ਹਾਏ ਵੇਖੀ, ਫੋਨ ਘੱਟ ਕੰਬਣ ਡਿਆ ਜਦੋਂ ਥੱਕ ਗਿਆ ਨਾ, ਤਾਂ ਫੋਨ ਇਸ ਤਰ੍ਹਾਂ ਹੱਥ ਹੱਥ ਵੀ ਕੰਬਣ ਡਿਆ ਪੈਣੇ, ਭਰ ਗਈਆਂ ਮੇਰੇ ਲੱਤਾਂ 'ਤੇ। ਗਾਹ ਨੂੰ ਚੱਲਦੇ ਨਾ ਜ਼ਿਆਦਾ, ਹੁਣ ਦੰਦ ਨਾ ਕਟਾ ਹੋ ਜਾਏਗਾ ਗਾਹ ਤਾਂ। ਨਹੀਂ ਨਹੀਂ ਹਾਰ ਨਹੀਂ ਨਾ, ਇਹ ਕਾਵਲਾ ਚਲੇ ਜਾ ਤੇ ਅੱਖਾਂ ਖੋਲੀਆਂ ਵੇਖ ਲੈ ਕਿੰਨੇ ਦੇਰ ਦੋਵੇਂ ਖੋਲ ਸਕਦੇ, ਖੋਲ ਕੇ ਰੱਖ ਸਕਦੇ ਬਸ ਦੋਈ। ਹੁਣ ਥੋੜ੍ਹਾ ਜਿਹਾ ਝੂਮਰ ਡਾਂਸ ਹੋਣ ਡਿਆ ਪਿਆ, ਮੇਰਾ ਪੀਟ ਹੁੰਦਾ ਪਏ। ਬਾਕੀ ਸਵੇਰ ਦਾ ਟਾਈਮ ਆ, ਟਾਈਮ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਇੰਟਰੋ ਤੋਂ ਬਾਅਦ। ਮੈਂ ਸਾਬਣ ਨਾਲ ਨਹੀਂ ਮੂੰਹ ਤਾਂ ਤਦ ਮੂੰਹ ਧੋ ਕੇ ਆ ਗਿਆ ਪਾਣੀ ਨਾਲ ਹੀ। ਨਾ ਨਾ ਤਾਂ ਕਰ ਤਾਂ ਕਰ ਆਵੇ ਤਾਂ ਵੇਖ ਲਾ। ਹਾਂ ਹੈ ਰੇ ਤਾਂ ਹੀ ਥੱਕ ਗਿਆ ਮੈਂ। ਕੀ ਹੋ ਗਿਆ? ਤੂੰ ਕਿਤੇ ਕਈਆਂ ਮਾਰਨ ਵਾਲਾ ਬੰਦਾ, ਤੂੰ ਪਹਿਲਾਂ ਥੱਕ ਗਿਆ। ਮੇਰੇ ਪੈਰ ਪੀੜਾ ਹੋ ਗਏ। ਤੂੰ ਫੌਜੀ ਬਣਨਾ ਹੈ? ਨਾ ਨਾ, ਜੇ ਤੂੰ ਹਾਰ ਵੀ ਗਿਆ ਮੈਂ ਤਾਂ ਵੀ ਵੇਖਣਾ ਕਿ ਮੈਂ ਕਿੰਨਾ ਚਿਰ ਬਹਿ ਸਕਦਾ। ਠੀਕ ਹੈ ਠੀਕ ਆ, हालत पड़ी ठीक है। बाबा आ गया, लैन आ गया। ਬਾਬਾ ਜੀ ਨਹੀਂ ਕਰ ਕੋਈ ਵੀ, ਮੇਰਾ ਪੈਰ ਲੈ ਕੇ ਜਾਊਗਾ ਬਾਬਾ ਨਾਲ। ਨਰਕਣ ਲੱਗਾ ਨਹੀਂ ਹੁਣ ਯਾਰ, ਹੁਣ ਕੰਮ ਖਰਾਬ ਹੋ ਗਿਆ। ਅਸੀਂ ਇਹ ਕਹਿੰਦੇ ਪਿੱਛੇ ਢੋ ਵੀ ਨਹੀਂ ਨਾ ਲਾ ਸਕਦੇ। ਬਸ ਕਰ ਬਸ, ਉਹ ਹਾਰ ਗਿਆ ਜੀ। ਹੁਣ ਮੈਂ ਵੇਖਦਾ ਮੈਂ ਕਿੰਨਾ ਚਿਰ ਬਹਿ ਸਕਦਾ। ਉਹ ਥੱਕ ਗਿਆ ਇੱਧਰ ਆਣ ਕੇ। ਟਾਈਮ ਅਜੇ ਸਿਰਫ 3, ਤੂੰ ਬੈਠਾ 2 ਮਿੰਟ ਤੇ 55 ਸੈਕਿੰਡ, ਤੇ ਮੈਨੂੰ 3 ਮਿੰਟ ਹੋ ਗਏ ਨੇ। ਮੈਂ ਤੇਰੇ ਤੋਂ ਪਹਿਲਾਂ ਬੜਾ ਚਿਰ ਬਹਿ ਗਿਆ। ਹਾਂ ਇਹ ਵੀ ਹੈ ਆਉਣ ਦੀ ਫੋਟੋ। ਉਹ ਢੋ ਲੱਗ ਗਈ ਯਾਰ,
ਕਰਦਾ ਬੰਦ ਨਾ ਨਾ ਕਰਦੇ ਹਾਂ ਇੱਕ ਮਿੰਟ ਟਾਈਮ ਖਾਣੇ ਟਾਈਮ ਥੋੜਾ ਲੱਗਿਆ ਮੈਂ ਬੈਠਾ 3 ਮਿੰਟ ਤੇ 15 ਸੈਕਿੰਡ ਤੇ ਬਬਲਾ ਬੈਠਾ 2 ਮਿੰਟ ਤੇ 55 ਸੈਕਿੰਡ ਹੁਣ ਦੂਜਾ ਕਰਦੇ ਚੈਲੰਜ ਸਟਾਰਟ ਅੱਖਾਂ ਖੋਲਣੀਆਂ ਵੇਖਣੇ ਕਿਹੜੇ ਦੋਵੇਂ ਚ ਜ਼ਿਆਦਾ ਦੇਰ ਖੋਲ ਸਕ ਪੈ ਸਕਦੇ ਇੱਕ ਚੈਲੰਜ ਤੇ ਕੰਪਲੀਟ ਕਰ ਲਿਆ ਮਤਲਬ ਸਾਨੂੰ ਤਾਂ ਲੱਗਾ ਸੀ ਬਹਿ ਲਾਂਗੇ ਤਾਂ 15 ਮਿੰਟ ਬਹਿ ਹੀ ਲਵਾਂਗੇ ਐਂ ਲੱਗਾ ਸੀਗਾ ਪਰ ਜਦੋਂ ਇਹਨੇ ਦੂਜੇ ਤਰੀਕੇ ਨਾਲ ਬਿਠਾਇਆ ਨਾ ਪਹਿਲਾਂ ਹੀ ਸੋਚਿਆ ਕਿ ਇਤਰਾਂ ਪੈਰ ਕਰਕੇ ਬਹਿਣਾ ਇਤਰਾਂ ਪਰ ਜਦੋਂ ਇਤਰਾਂ ਚੁੱਕ ਕੇ ਬੈਠੇ ਤਾਂ ਫਿਰ ਥੋੜ੍ਹਾ ਕੰਮ ਔਖਾ ਹੋ ਗਿਆ ਉੱਦਾਂ ਤਾਂ ਬੜਾ ਚਿਰ ਬਹਿ ਜਾ ਉੱਦਾਂ ਬਹਿਣਾ ਹੈ ਅਸੀਂ 10-15 ਮਿੰਟ ਤੋਂ ਵੱਧ ਹੀ ਬਹਿਣਾ ਸੀ ਇਤਰਾਂ ਅਸੀਂ ਬਸ 3 ਮਿੰਟ ਹੀ ਬਹਿ ਪਾਏ ਹਾਂ ਮੈਂ ਬਹਿਣਾ ਸੀ 4 ਮਿੰਟ ਮੈਂ ਬਹਿ ਜਾਣਾ ਮੈਂ ਪਿੱਛੇ ਮੇਰੇ ਢੋਲ ਲੱਗ ਗਈ ਝੂਲਾ ਮੈਂ ਤਰ੍ਹਾਂ ਝੂਮ ਝੂਮ ਕੇ ਨਾ ਪਿੱਛੇ ਢੋਲ ਲੱਗ ਗਈ ਅਤੇ ਹੁਣ ਦੂਜਾ ਚੈਲੰਜ ਕਰਦੇ ਹਾਂ ਸਟਾਰਟ ਅੱਖਾਂ ਖੋਲ੍ਹ ਕੇ ਕਿੰਨੇ ਕੁ ਦੇਰ ਖੋਲ੍ਹ ਸਕਦਾ ਚਲੋ ਫਿਰ ਚੈੱਕ ਕਰਦੇ ਹਾਂ ਵੀ ਕਿੰਨਾ ਕੁ ਚਿਰ ਖੋਲ ਸਕਦੇ ਹੈ ਅੱਧਾ ਕੁ ਮਿੰਟ ਚੱਲ ਕੋਈ ਦੇਖ ਲੈਂਦੇ ਹਾਂ ਪਾਣੀ ਆਇਆ ਨਾ ਅੱਖਾਂ ਵਿੱਚੋਂ ਹੁਣ ਅੱਖਾਂ ਖੋਲ੍ਹਣ ਦਾ ਚੈਲੇਂਜ ਰੈਡੀ ਸ਼ੈਡੀ ਹੋ ਜਾਈਏ ਚੱਲ ਗੇਡ ਗੁੱਡ ਕੱਢ ਲੈਣਾ ਗੇਡ ਅੱਖ 'ਚ ਪੈ ਜਾਈਏ ਚੱਲ ਸਾਨੂੰ ਕਹਿੰਦਾ ਕੋਈ ਮਿਲਣਾ ਵਿੱਚ 1-2-3 ਨਹੀਂ ਛੱਡ ਇੱਦਾਂ ਨਹੀਂ ਗੱਲ ਸੁਣ ਇੱਦਾਂ ਕਰਦੇ ਸਗੋਂ ਇੱਦਾਂ ਵੇਨੇ ਅਥਰੂ ਆ ਜਾਣੇ ਸਾਰੇ ਬਾਹਰ ਨਹੀਂ ਇਹ ਵੀ ਕਿੰਨੇ ਚਿਰ ਆਉਣਗੇ ਮਤਲਬ ਕਿ ਅਸੀਂ ਮਤਲਬ ਇੱਦਾਂ ਨਹੀਂ ਖੋਲ੍ਹ ਕੇ ਇੱਦਾਂ ਫੜ ਕੇ ਖੋਲ੍ਹ ਕੇ ਰੱਖਣੀਆਂ ਨੇ ਵੇਖਦੇ ਹਾਂ ਕਿੰਨੇ ਚਿਰ ਖੋਲ ਸਕਦੇ ਹਾਂ ਨਾ ਦੂਜਾ ਸਗੋਂ ਛੇਤੀ ਬੰਦ ਮੇਰੇ ਤਾਂ ਪੈਸੇ 3 ਵਾਰੀ ਝਮੱਕੇ ਮਾਰ ਗਏ ਇੱਕ ਦੂਜੇ ਵਾਲਾ ਆਪਾਂ ਵੇਖਣਾ ਨਹੀਂ ਹਾਂ ਸਰ ਠੀਕ ਹੈ ਚਲੋ 1-2-3 ਪਾਰਲਰ ਰੱਖ ਲਾ ਅੱਖਾਂ ਦੇ ਹੱਥ ਇੱਧਰ ਨੂੰ ਕਰ ਪਤਾ ਨਹੀਂ ਲੱਗਣਾ ਕਿੰਨੇ ਝਮੱਕਤੀ ਹੈ ਗਿਆ ਹੀ ਪਟਾਕਾ ਵਿੰਦਰ ਹੈ ਮੈਂ ਨਹੀਂ ਝਮੱਕਣੀ ਆ ਗਿਆ ਕੇ ਅਚਾਨਕ ਝਮੱਕੀ ਜਾਣੀ ਤਾਂ ਪਤਾ ਨਾ ਹੋਏ ਅਚਾਨਕ ਇੱਕਦਮ ਥੱਕ ਲਿਆ ਮੈਨੂੰ ਨੀਂਦ ਆਉਂਦੀ ਹੈ ਨਾ ਕਰਕੇ ਇਹ ਅੱਥਰੂ ਆ ਗਏ ਆ ਅੱਥਰੂ ਆ ਗਏ ਬਾਤ ਕਰ ਅੱਥਰੂ ਕਰਕੇ ਬੰਦ ਹੋ ਜਾਣੇ ਆ ਬਸ ਕਰਤੇ ਨਾ ਬਸ ਕੱਤੋ ਕਰਨਾ ਅੱਥਰੂ ਆ ਗਏ ਚੱਲ ਇਹ ਨਹੀਂ ਜ਼ਿਆਦਾ ਚਿਰ ਹੁਣ ਤੂੰ ਜਦੋਂ ਉਸ ਵੇਲੇ ਬੰਦ ਕਰ ਛੱਡਿਆ ਨਾ ਭਰਾ ਇਹ ਨਹੀਂ ਕੰਮ ਚੱਲਦਾ ਮੈਂ ਥੋੜ੍ਹੀ ਵੱਡੀ ਕਰ ਲਈ ਫਿਰ ਵੀਡੀਓ ਵੀ ਵਿਖਾਉਣਾ ਕਿ 2 ਮਿੰਟ ਦੀ ਹੋਈ ਤੇ ਬਈਏ ਦੀ ਬਣਾ ਲਿਆ ਉਹਦੇ ਸੋਫਟ ਇਹ ਵੀ ਕੰਮ ਔਖਾ ਸੀ ਚੱਲ ਕਿਤੇ ਘੁੰਮ ਫਿਰ ਕੇ ਉਦੋਂ ਨੂੰ ਬਣਾ ਦਈਏ ਨਾ ਕਿੱਦਣ ਘੁੰਮ ਕੇ ਆਉਣਾ ਘੁੰਮਣਾ ਸਾਰਾ ਦਿਨ ਹੁਣ ਤੂੰ ਤਾਂ ਮਹਾਂ 10 ਸੈਕਿੰਡ ਕੀਤਾ ਹੋਣਾ 10 ਸੈਕਿੰਡ ਮੈਂ ਕੱਢ ਲਿਆਉਣੇ 30-40 ਸੈਕਿੰਡ ਕੱਢ ਲਿਆਉਣੇ ਮਿੰਟ ਤੋਂ ਥੱਲੇ ਹੀ ਰਹਿਣਾ ਹੁੰਦਾ ਤੇ ਤੂੰ ਬੰਦਾ ਤਗੜਾ ਹੈ ਨਾ ਨਹੀਂ ਹੈ ਮੈਂ ਮਹਾਤੜੀ ਹਾਂ ਇੱਥੇ ਪੈਸਿਆਂ ਦੀ ਗੱਲ ਹੁੰਦੀ ਕੱਲ੍ਹ ਨੂੰ ਮੇਲਾ ਵਿਖਾਵਾਂਗੇ ਆਪਾਂ ਕੱਲ੍ਹ ਹੁਣ ਫਿਰ ਜਾਣਾ ਵਾ ਮੇਲੇ ਆਹੋ ਕੱਲ੍ਹ ਹੀ ਵਿਖਾਵਾਂਗੇ ਹੁਣ ਮੇਲਾ ਖਤਮ ਹੋਣ ਵਾਲਾ ਵਾ ਪਹਿਲਾਂ ਹੀ ਤੁਹਾਨੂੰ 1 ਤਰੀਕ ਨੂੰ ਵਿਖਾਇਆ ਮੇਲਾ ਕੀ ਪ੍ਰੋਗਰਾਮ ਹੈ ਫਿਰ ਤੁਹਾਨੂੰ ਮੇਲੇ ਵਾਲੇ ਦਿਨ 4 ਤਰੀਕ ਨੂੰ ਹੁਣ ਤੁਹਾਨੂੰ ਐਂਡ ਹੋਣ ਵਾਲਾ ਤੁਹਾਨੂੰ ਐਂਡ ਵਾਲਾ ਸੀਨ ਵਿਖਾਂ ਕਿੱਦਾਂ ਦਾ ਰਹਿੰਦਾ ਉੱਥੇ ਮੋਲ ਚੱਲ ਐਂਡ ਕੱਲ੍ਹ ਹੋ ਜਾਣਾ ਕੱਲ੍ਹ ਜਾਣਾ ਆਪਾਂ ਕੱਲ੍ਹ ਹੁਣ ਜਾਵਾਂਗੇ ਉੱਥੇ ਤੁਹਾਨੂੰ ਵਿਖਾਵਾਂਗੇ ਕੱਲ੍ਹ ਉਹਦੇ ਲੈਣੇ ਮੈਂ ਵੀ ਲੈਣੇ ਆ ਚਲੋ ਕਿਹੜੇ ਵਾਲੇ ਲੈਣੇ ਲਵਾਂਗੇ ਵੱਡੀ ਦੇ ਬੇੜੀ ਤੇ ਗੋਲ ਵਾਲਾ ਲੈਣਾ ਗੋਲ ਵਾਲਾ ਉੱਤੇ ਮੈਂ ਵੀ ਲੈਣੇ ਮੇਰੇ ਕੋਲ ਪਏ ਪੈਸੇ ਕੱਲ੍ਹ ਕਢਾਏ ਨਹੀਂ 70 ਰੁਪਇਆ ਰੱਖ ਲਿਆ ਬਚੇ ਮੇਰੇ ਕੋਲ 60-70 ਰੁਪਏ ਪਏ ਉਹਨਾਂ ਦੇ ਲਵਾਂਗੇ ਬਾਕੀ ਆ ਹੁਣ ਨਾ ਪੈਸੇ ਇਕੱਠੇ ਕਰਕੇ ਇੱਕ ਪਾਵਰ ਬੈਂਕ ਲਈਏ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਉਹ ਇੱਕ ਮਤਲਬ ਪਾਵਰ ਬੈਂਕ ਤਿੰਨੇ ਲੀਡਾਂ ਮਤਲਬ ਕਿ ਅਟੈਚ ਆ ਅਤੇ ਜਿਹੜੀ ਇੱਕ ਆਈਫੋਨ ਵਾਲੀ ਹੈ ਇੱਕ ਦੂਜੀ ਆ ਅਤੇ ਇੱਕ ਜੇ ਸਿੰਪਲ ਜਿਹੇ ਫੋਨ ਨਹੀਂ ਹੁੰਦੇ ਉੱਦਾਂ ਦੀ ਇੰਨੀ ਗਿਆ ਅਤੇ ਉਹ ਵਾਲਾ ਲੈਣੇ ਉਹ 1200 ਦਾ ਆ ਅਸੀਂ ਬੜਾ ਕਮਾਉਣ ਡਿਆ ਪਏ ਯੂਟਿਊਬ ਤੋਂ ਇਸ ਕਰਕੇ ਕੀ ਪੈਸੇ ਵੱਧ ਦਿਆ ਪਏ ਕਮਾਉਣ ਹਾਂ ਵੱਧ ਕਮਾਉਣ ਡਿਆ ਪਏ ਅਤੇ ਉਹ ਵਾਲਾ ਲੈਂਦੇ ਉਹਦੇ 'ਚ ਲੀਡ ਇੰਨੀ ਕੁ ਲੀਡ ਆ ਪਾਵਰ ਬੈਂਕ ਦੇ ਅਤੇ ਇੱਕ ਮਤਲਬ ਆਪਾਂ ਦੂਜੀ ਲੀਡ ਵੀ ਲਾ ਸਕਦੇ ਹਾਂ ਫੋਨ ਦੀ ਜਿਹੜੀ ਮਰਜ਼ੀ ਹੋਏ ਇੱਕ ਉਹ ਵੀ ਹੈਗਾ ਉਹਦੇ ਸਿਸਟਮ ਅਤੇ 10,000 mAh ਦਾ ਇੱਕ ਉਹ ਲੈਂਦੇ ਹਾਂ ਅਤੇ ਬਸ ਇਹੋ ਹੀ ਗਾ ਅੱਜ ਛੋਟਾ ਜਿਹਾ ਵਲੋਗ ਚੈਲੰਜ ਵੀਡੀਓ ਸੋਈ ਵਲੋਗ ਨੂੰ ਅਤੇ ਬਸ ਇਹੋ ਹੀ ਗਿਆ ਅੱਜ ਚੈਲੰਜ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਅਤੇ ਮਿਲਦੇ ਹਾਂ ਜਲਦੀ ਨੈਕਸਟ ਵਲੋਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ